ਹੈਲੋ ਸਤਿ ਸ਼੍ਰੀ ਅਕਾਲ, ਰਾਮ ਰਾਮ, ਜੈ ਮਾਤਾ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਹੋਪ ਸਾਰੇ ਵਧੀਆ ਹੋਣੇ ਆ ਜੀ। ਮੇਰਾ ਨਾਮ ਸਾਹਿਲ ਹੈ ਜੀ ਅਤੇ ਮੈਂ ਨਿਊਜ਼ੀਲੈਂਡ ਤੋਂ, ਅਤੇ ਅੱਜ ਮੈਂ ਆਇਆ ਜੀ ਇੱਥੇ ਸ਼ੋਪਿੰਗ ਕਰਨ ਲਈ। ਇੱਥੇ ਬਲੈਕ ਫਰਾਈਡੇ ਚੱਲ ਰਿਹਾ, ਅਤੇ ਬਲੈਕ ਫਰਾਈਡੇ ਦੀਆਂ ਬਹੁਤ ਜ਼ਿਆਦਾ ਰੌਣਕਾਂ ਇੱਥੇ, ਕਿਉਂਕਿ ਲੋਕ ਜਿਹੜਾ ਬਲੈਕ ਫਰਾਈਡੇ ਹਰ ਸਾਲ ਬੜੀ ਜ਼ਿਆਦਾ ਸ਼ੋਪਿੰਗ ਕਰਦੇ ਆ। ਅਤੇ ਤੁਸੀਂ ਦੇਖੋ ਨਾਲੇ ਕ੍ਰਿਸਮਸ ਆ ਰਿਹਾ, ਪਿੱਛੇ ਕ੍ਰਿਸਮਸ ਦੇ ਨਾਲ ਨਾਲੇ ਤਿਆਰੀ ਵੀ ਜਿਹੜੀ ਚੱਲ ਰਹੀ ਆ। ਕਿੰਨਾ ਸੋਹਣਾ ਮਾਹੌਲ ਹੈ ਪਿੱਛੇ, ਪੂਰੀ ਜਿਹੜੀ ਸਜਾਵਟ ਕੀਤੀ ਹੋਈ ਹੈ ਕ੍ਰਿਸਮਸ ਦੀ ਇਹਨਾਂ ਨੇ, ਅਤੇ ਪੂਰਾ ਰੰਡਾ ਰੌਣਕ ਮੇਲਾ ਪੂਰਾ ਭਰਪੂਰ ਹੈ। ਦੇਖੋ ਜੀ, ਰਾਜਾ ਮਹਾਰਾਜਾ ਮਹਾਰਾਜਾ ਤਰਾੜਾ ਇਹਨਾਂ ਨੇ ਲਾ ਰੱਖਿਆ ਸੋਫਾ ਬਹਿਣ ਵਾਲਾ, ਜਿਹੜੀ ਸਜਾਵਟ ਪੂਰੀ ਕੀਤੀ ਹੋਈ ਹੈ ਕ੍ਰਿਸਮਸ ਦੀ। ਅਤੇ ਜਿਹੜਾ ਕ੍ਰਿਸਮਸ ਹਰ ਸਾਲ ਬੜੇ ਧੂਮਧਾਮ ਨਾਲ ਮਨਾਉਂਦੇ ਆ ਇੱਥੇ ਨਾ ਨਿਊਜ਼ੀਲੈਂਡ ਦੇ ਵਿੱਚ, ਖਾਸ ਕਰਕੇ ਬਾਹਰਲੇ ਫੋਰਨ ਕੰਟਰੀਜ਼ ਦੇ ਵਿੱਚ ਬੜੀ ਸੋਹਣੀ ਜਿਹੜੀ ਤਿਆਰੀ ਕੀਤੀ ਹੋਈ ਹੈ। ਸਾਰਾ ਜਿਹੜਾ ਮੋਲ ਸਜਾ ਰੱਖਿਆ ਇਹਨਾਂ ਨੇ ਆਹ ਵਾਲਾ, ਅਤੇ ਇਸ ਮੋਲ ਦਾ ਨਾਮ ਹੈ ਜੀ ਕੁਈਨਸ ਗੇਟ ਮੋਲ। ਮੈਂ ਇੱਥੇ ਪਹਿਲਾਂ ਵੀ ਆਇਆ, ਪਰ ਮੈਂ ਤੁਹਾਨੂੰ ਦਿਖਾ ਜਿਹੜਾ ਦਿਖਾਉਣ ਲਈ ਆਇਆ ਕ੍ਰਿਸਮਸ ਦੀ ਜਿਹੜੀ ਸ਼ੋਪਿੰਗ, ਕ੍ਰਿਸਮਸ ਜਿਹੜਾ ਮਾਹੌਲ ਤੁਹਾਨੂੰ ਦਿਖਾਉਣ ਲਈ ਆਇਆ ਅੱਜ ਮੈਂ। ਸੈਂਟਾਸ ਬੈਂਕ ਬੜਾ ਵਧੀਆ ਲੱਗਦਾ, ਬੜੀ ਪੋਜ਼ਿਟਿਵਿਟੀ ਆਉਂਦੀ ਹੈ ਹਰ ਸਾਲ ਜੋ ਕ੍ਰਿਸਮਸ ਆਉਂਦਾ ਨਿਊਜ਼ੀਲੈਂਡ ਦੇ ਵਿੱਚ। ਲੋਕ ਬੜੀ ਸ਼ੋਪਿੰਗ ਕਰਦੇ ਆ, ਸਪੈਸ਼ਲੀ ਬਲੈਕ ਫਰਾਈਡੇ 'ਤੇ, ਅਤੇ ਅੱਜ ਤੁਹਾਡਾ ਮਾਹੌਲ ਹੈ ਮੇਨ ਸ਼ੁਰੂ ਹੋ ਚੁੱਕਿਆ, ਮਤਲਬ ਬਲੈਕ ਫਰਾਈਡੇ ਮਤਲਬ ਇਸ ਲਾ ਲਓ ਵੀ ਸਟਾਰਟ ਹੋ ਗਿਆ ਕ੍ਰਿਸਮਸ ਨਾ। ਕਿੰਨਾ ਵੱਡਾ ਜਿਹੜਾ ਪੇੜ ਦੇ ਪਲਾਰ ਕ੍ਰਿਸਮਸ ਦਾ ਇਹਨਾਂ ਨੇ, ਇੱਥੇ ਜਿਹੜਾ ਹੀ ਫੈਸਟੀਵਲ ਮੇਨ ਹੈ ਕ੍ਰਿਸਮਸ ਹੀ, ਗੋਰੇ ਕਰਦੇ ਆ ਪਾਰਟੀਆਂ ਪੂਰੀਆਂ, ਨਾਲੇ ਖਾਂਦੇ ਪੀਂਦੇ ਰੱਜ ਕੇ, ਨਾਲੇ ਆਪਣੀ ਫੈਮਿਲੀ ਦੇ ਨਾਲ ਜਿਹੜਾ ਇੰਜੋਏ ਕਰਦੇ ਆ ਗੋਰੇ। ਅੱਜ ਜਿਹੜਾ ਕੀ ਕਹਿੰਦੇ ਆ ਕਿ ਸਾਰੇ ਪਾਸੇ ਸੇਲ ਬੜੀ ਲੱਗੀ ਹੋਈ ਹੈ, ਹਰ ਸ਼ੋਰੂਮ ਦੇ ਉੱਤੇ ਸੇਲ ਲੱਗੀ ਹੋਈ ਹੈ, ਜੂਲਰੀ ਤੋਂ ਲੈ ਕੇ ਕੱਪੜਿਆਂ ਤੋਂ ਲੈ ਕੇ। ਦੇਖੋ ਪਿੱਛੇ ਲੱਗਿਆ 50% ਔਫ, 70% ਔਫ, ਕਿਤੇ 20% ਔਫ, ਕਿਤੇ 40% ਔਫ, ਅੱਜ ਹਰ ਪਾਸੇ ਤੁਹਾਨੂੰ ਜਿਹੜਾ ਸੇਲ ਹੀ ਸੇਲ ਮਿਲੇਗੀ ਬਲੈਕ ਫਰਾਈਡੇ ਦੇ। ਵਧੀਆ ਗੱਲ ਹੈ, ਫਾਰਮਰਸ ਅਤੇ ਵੱਡੇ ਵੱਡੇ ਸ਼ੋਰੂਮ ਨੇ ਜਿੱਥੇ ਕਿ ਵੱਡੇ ਵੱਡੇ ਫਾਰਮਰਸ ਕੋਟਨ, ਪਿੱਛੇ ਮੇਰੇ ਜੂਲਰੀ ਸ਼ੋਪ ਹੈ, ਇੱਥੇ ਬੜੀ ਵਧੀਆ ਸੇਲ ਚੱਲ ਰਹੀ ਹੈ ਅੱਜ, ਹਰ ਸਮਾਨ ਦੇ ਉੱਤੇ ਸੇਲ ਚੱਲ ਰਹੀ ਹੈ। ਬੜਾ ਵਧੀਆ, ਲੋਕ ਪੂਰਾ ਜਿਹੜੇ ਬੈਗ ਭਰ ਭਰ ਕੇ ਲੈ ਕੇ ਜਾ ਰਹੇ ਸਮਾਨ ਦੇ, ਜਿਵੇਂ ਕਿ ਸਮਾਨ ਫਰੀ ਹੋ ਗਿਆ ਹੋਵੇ, ਇੱਦਾਂ ਦੀ ਕੋਈ ਗੱਲ ਹੈ ਨਹੀਂ ਗੀ। ਆਹ ਦੇਖੋ ਬਲੈਕ ਫਰਾਈਡੇ ਸੇਲ 30% ਔਫ ਚੱਲ ਰਹੀ ਹੈ ਇੱਥੇ ਪਿੱਛੇ ਨਾ, ਇੱਥੇ ਵੀ ਔਫ ਚੱਲਦਾ ਬਲੈਕ ਫਰਾਈਡੇ ਸੇਲ ਜੂਲਰੀ ਦੇ ਉੱਪਰ। ਬੜੀ ਨਾਈਸ ਜੂਲਰੀ ਸਾਰੀ, ਬੜੀ ਘੈਂਟ ਘੈਂਟ, ਜਿਹੜੇ ਬੰਦੇ ਜੂਲਰੀ ਦੇ ਸ਼ੌਕੀਨ ਆ ਉਹਨਾਂ ਲਈ ਇਹ ਕੰਮ ਨਾ। ਅਤੇ ਜਿਹੜਾ ਫਾਰਮਰ ਆ ਗਿਆ ਜੀ ਹੱਬ, ਜਿਹੜਾ ਫਾਰਮਰ ਸ਼ੋਪਿੰਗ ਹੱਬ, ਇੱਥੇ ਬੜੀ ਤਕੜੀ ਸੇਲ ਚੱਲ ਰਹੀ ਹੈ ਨਾਲ ਨਾਲ ਨਾ। ਅਤੇ ਅੱਜ ਮੈਂ ਐਡੀਡਾਸ ਸ਼ੋਰੂਮ 'ਚ ਖੜ੍ਹਾਂ, ਅਤੇ ਮੈਨੂੰ ਜਿਹੜੀ ਆ ਪਸੰਦ ਆਈ ਹੈ ਹੰਡ ਫੁੱਟੀ ਸੋਫਾ, ਇਸ ਅੱਜ ਸਪੈਸ਼ਲ ਲੱਗੀ ਹੋਈ ਬਲੈਕ ਫਰਾਈਡੇ ਕਰਕੇ, 90 ਦੀ ਜਿਹੜੀ 65 'ਚ ਲੱਗੀ ਹੋਈ ਹੈ, ਅਤੇ ਮੈਂ ਸੋਚ ਰਿਹਾ ਕਿਉਂ ਨਾ ਟਰਾਈ ਕੀਤੀ ਜਾਵੇ। ਮੀਡੀਅਮ ਵੀ ਹੈ, ਲਾਰਜ ਵੀ ਹੈ, ਮੈਂ ਟਰਾਈ ਕਰਦਾ ਪਹਿਲਾਂ ਐਕਸਟਰਾ ਸਮਾਲ ਸਾਈਜ਼, ਵੀ ਉਹਨਾਂ ਦਾ ਜਿਹੜੇ ਸਮਾਲ ਸਾਈਜ਼ ਵੀ ਵੱਡੇ ਹੀ ਹੁੰਦੇ ਆ, ਲਾਰਜ ਹੀ ਲੱਗਦੇ ਆ। ਮੈਂ ਜਾ ਰਿਹਾ ਟਰਾਈ ਕਰਨ ਲਈ, ਅੱਜ ਤੁਹਾਨੂੰ ਖਾਂਦੇ ਕਿੱਦਾਂ ਅਤੇ ਟਰਾਈ ਦਾ ਮਾਹੌਲ। ਰੂਮ ਬਣੇ ਬੜੇ ਵਧੀਆ, ਮੈਂ ਚੇਂਜ ਕਰਕੇ ਆਉਂਦਾ, ਦੇਖਦਾ ਮਤਲਬ ਦਾ ਕਿੱਦਾਂ ਲੱਗਦਾ, ਮੈਂ ਪਾ ਕੇ ਆ ਵਾਲੀ ਹੁੰਦੀ ਉੱਪਰ ਦੇਖਦੇ ਹਾਂ ਜੀ। ਅਤੇ ਆ ਕਹਿੰਦੇ ਇਹਨਾਂ ਹੁੱਡੀ ਲਈ ਹੈ, ਅਤੇ ਇਹਦੇ ਕਹਿੰਦੇ ਸਾਈਜ਼ ਹੈ ਨਹੀਂ ਇਹਨਾਂ ਕੋਲ, ਇਹਨਾਂ ਕੋਲ ਐਕਸਟਰਾ ਸਮਾਲ ਹੈ, ਅਤੇ ਲਾਰਜ ਹੈ, ਜਿਹਨਾਂ ਨੂੰ ਮੀਡੀਅਮ ਹੈਗੀ, ਇਹਨਾਂ ਦਾ ਸਾਈਜ਼ ਉਹ ਮੀਡੀਅਮ ਹੈਗਾ, ਅਤੇ ਬੜੀ ਵਲਗਰ ਜੀ ਲੱਗਦੀ, ਵੱਡੀ ਲੱਗਦੀ ਮੇਰੇ ਪਾਈ ਹੋਈ, ਤਾਂ ਮੈਂ ਸ਼ਾਇਦ ਮੈਨੂੰ ਯੂਜ਼ ਕਰਨੀ ਪਏਗੀ। ਇਹਨਾਂ ਨੂੰ ਪੁੱਛਿਆ ਵੀ ਜੇ ਤੁਸੀਂ ਮੈਨੂੰ ਦਵਾ ਸਕਦੇ ਹੋ, ਤਾਂ ਕਹਿੰਦੇ ਪੂਰੇ ਨਿਊਜ਼ੀਲੈਂਡ 'ਚ ਅਵੇਲੇਬਲ ਹੈ ਨਹੀਂ, ਇਹ ਵੀ ਚੱਕਰ ਹੈ ਨਾ, ਤਾਂ ਚੱਕਰ ਵੀ ਹੈ। ਹੁੱਡੀ ਤਾਂ ਜਿਹੜੀ ਪੂਰੀ ਨਹੀਂ ਆ ਰਹੀ, ਮੈਂ ਸੋਚਦਾ ਟੀ ਸ਼ਰਟ ਹੀ ਲੈਣਾ ਰੈਡ ਕਲਰ ਦੀ, ਵੀ ਬੜੀ ਸੋਹਣੀ ਟੀ ਸ਼ਰਟ ਹੈ, ਜ਼ਿਆਦਾ ਮਹਿੰਗੀ ਵੀ ਹੈ ਨਹੀਂ ਗੀ, ਇਹ ਅੱਜ ਇਹਨਾਂ ਲਾਈ ਹੋਈ 35 ਦੀ, ਯੂਜਲੀ ਹੋਈ 45 ਦੀ ਹੁੰਦੀ ਹੈ, ਅਤੇ ਆਪਾਂ ਨੂੰ ਕੋਈ ਉਹ ਹੈ ਨਹੀਂ ਵਾ ਪ੍ਰਾਈਜ਼ ਨਹੀਂ ਦੱਸਣਾ, ਆਪਾਂ ਜਿਹੜਾ ਸਾਰਾ ਉਹ ਸਭ ਸਾਫ ਦੱਸ ਕੇ ਤੁਹਾਨੂੰ ਲਵਾਂਗੇ ਚੀਜ਼ਾਂ ਦੀ, ਕੋਈ ਗੱਲ ਹੈ ਨਹੀਂ ਗੀ। ਵੀ ਮਹਿੰਗਾ ਨਿਊਜ਼ੀਲੈਂਡ ਮਹਿੰਗਾ ਹੈ ਨਹੀਂ, ਜਿਹੜੇ ਬੰਦਾ ਵਧੀਆ ਪੈਸੇ ਕਮਾ ਰਿਹਾ ਉਹਦੇ ਲਈ ਸਹੀ ਹੈ ਭਰਾਵਾ। ਅਤੇ ਆ ਜੀ ਟੀ ਸ਼ਰਟ ਦਿੱਤੀ ਹੈ ਐਡੀਡਾਸ ਦੀ, ਅਤੇ ਵਧੀਆ ਲੱਗ ਰਹੀ ਪਾਈ ਹੋਈ, ਅਤੇ ਇਹੀ ਇਹਨੂੰ ਵੀ ਮੇਰੇ ਫਾਈਨਲ ਕਰ ਰਿਹਾ ਟੀ ਸ਼ਰਟ ਨੂੰ ਨਾ, ਬਲੈਕ ਫਰਾਈਡੇ 'ਤੇ ਮੈਨੂੰ ਗਿਫਟ ਮੇਰੇ ਵੱਲੋਂ। ਜਿਹੜਾ ਬੈਗ 'ਚ ਫੜ ਕੇ ਚੱਲਣ ਦੀ ਜਿਹੜੀ ਫੀਲਿੰਗ ਵੱਖਰੀ ਭਰਾਵਾ, ਸਵਾਦ ਆਉਂਦਾ ਨਾ ਕਹਿੰਦੇ ਸ਼ੋਪਿੰਗ ਕਰਨ ਦਾ, ਹਰ ਕਿਸੇ ਨੂੰ ਪਸੰਦ ਆ ਸ਼ੋਪਿੰਗ ਕਰਨੀ ਨਾ, ਚੱਕਰ ਇਹ ਵੀ ਹੈ। ਆਹ ਘੜੀਆਂ ਆ ਗਈਆਂ ਬੜੀਆਂ ਘੈਂਟ ਘੈਂਟ, ਅਤੇ ਮੈਂ ਸੋਚਿਆ ਜੀ ਸ਼ੂਜ਼ ਵੀ ਲੈ ਲਾ ਮੈਂ ਕੰਮ ਲਈ, ਓਲਡ ਬਲੈਕ ਸ਼ੂਜ਼, ਕਿਉਂਕਿ ਮੇਰੇ ਕੰਮ 'ਤੇ ਜ਼ਿਆਦਾਤਰ ਨਾ ਮੋਸਟਲੀ ਇੱਥੇ ਨਿਊਜ਼ੀਲੈਂਡ ਸਾਰੇ ਪਾਸੇ ਓਲਡ ਬਲੈਕ ਸ਼ੂਜ਼ ਹੀ ਚੱਲਦੇ ਆ, ਅਤੇ ਮੈਂ ਦੂਜੇ ਸ਼ੋਰੂਮ 'ਚ ਜਾ ਰਿਹਾ ਸ਼ੂਜ਼ ਲੈਣ ਲਈ, ਦੇਖਦੇ ਇੱਥੇ ਕੀ ਹਾਲ ਹੈ। ਇੱਥੇ ਵੀ ਔਫ ਚੱਲ ਰਿਹਾ, 50% ਔਫ ਤਾਂ ਚੱਲ ਰਿਹਾ ਇੱਥੇ, ਆਹ ਸ਼ੋਰੂਮ ਹੈ ਜੀ, ਆਹ ਦੇਖੋ ਲਿਖਿਆ 50% ਔਫ। ਜਿਹੜਾ ਜੁੱਤਿਆਂ 'ਤੇ ਡਿਸਕਾਊਂਟ ਚੱਲ ਰਿਹਾ ਬੜਾ ਘੱਟ ਚੱਲ ਰਿਹਾ, ਕਿਉਂਕਿ ਜੁੱਤੇ ਹੈਗੇ ਤਾਂ ਐਕਸਪੈਂਸਿਵ, ਬਹੁਤ ਜ਼ਿਆਦਾ ਐਕਸਪੈਂਸਿਵ ਸ਼ੂਜ਼ ਇੱਥੇ ਮਿਲਦੇ ਆ, 250-300 ਤੋਂ ਸਟਾਰਟ ਹੈ, ਅਤੇ ਘੱਟ ਘਟਾ ਕੇ ਭਰਾਵਾ 200-200 ਦੇ ਪੈ ਰਹੇ, 220-250 ਦੇ ਜਿਹੜੇ ਅੱਗੇ ਲੱਗ ਗਏ ਤੱਕ,
ਤੇ ਮੈਂ ਵੇਖਦਾ ਇੱਕ ਦਿਨ ਹੋਰ ਵਾਲੇ ਵੇਟ ਕਰਦਾ ਮੈਂ ਵੀ ਮੈਂ ਸੰਡੇ ਨੂੰ ਫਿਰ ਦੁਬਾਰਾ ਆਵਾਂਗਾ ਸੰਡੇ ਤੱਕ ਮੈਂ ਲੈ ਲਾਂ ਫਿਰ ਸ਼ੂਜ਼ ਤਾਂ ਕਿ ਅਤੇ ਲੈਟ ਸੀ ਕੀ ਬਣਦਾ ਕਿਉਂਕਿ ਸ਼ੂਜ਼ ਬੜੇ ਇੰਪੋਰਟੈਂਟ ਆ ਸ਼ੂਜ਼ ਬੜੇ ਲੈਣੇ ਨਾ ਜੁੱਤਾ ਤਾਂ ਬੰਦੇ ਨੇ ਪੂਰਾ ਦਿਨ ਪਤਾ ਖੜ੍ਹੇ ਹੋਣਾ ਬੰਦੇ ਨੇ ਤਾਂ ਕਰਕੇ ਮੈਂ ਜੁੱਤੇ ਬਹਿ ਕੇ ਲਾ ਰੱਖੇ ਤਾਂ ਕਰਕੇ ਨਾ ਅਰੇ ਬੈਲ ਦੀ ਸੇਲ ਚੱਲ ਰਹੀ 50% ਓਫ ਕਰਨਾ ਕਹਿੰਦੇ ਸਾਰਿਆਂ ਲਈ ਬੈਸਟ ਟਾਈਮ ਹੁੰਦਾ ਲਾਈਫ ਦੇ ਵਿੱਚ ਅਤੇ ਬੜਾ ਵਧੀਆ ਬੰਦੇ ਨੂੰ ਲੱਗਦਾ ਜੇ ਬੰਦਾ ਸ਼ੋਪਿੰਗ ਕਰਦਾ ਤਾਂ ਅਤੇ ਮੈਂ ਵੀ ਅੱਜ ਥੋੜ੍ਹਾ ਜਿਹਾ ਨਾਲ ਨਜ਼ਾਰੇ ਜਿਹੇ ਲੈ ਰਿਹਾ ਦੇਖ ਰਿਹਾ ਕੀ ਮਿਲਦਾ ਕੀ ਨਹੀਂ ਮਿਲਦਾ ਬਜਟ ਦੇ ਵਿੱਚ ਸ਼ੋਪਿੰਗ ਤਾਂ ਫਿਰ ਮਤਲਬ ਕਿ ਬਲੈਕ ਫਰਾਈਡੇ ਮੁੜ ਕੇ ਨਹੀਂ ਆਉਂਦਾ ਤਾਂ ਕਰਕੇ ਬੰਦਾ ਚਲੋ ਯਾਰ ਇੰਨਾ ਐਫਰਟ ਵਧੀਆ ਜਿਹੜਾ ਬੰਦਾ ਲੱਭ ਕੇ ਚੀਜ਼ ਲੈ ਸਕਦਾ ਤੋਲ ਫਰੋਲ ਕੇ ਅਤੇ ਬੰਦਾ ਲੱਭ ਹੀ ਲੈਂਦਾ ਚੰਗੀ ਗੱਲ ਹੈ ਦੇਖੋ ਕਿੰਨੀ ਰੌਣਕ ਹੈ ਕਿੰਨਾ ਸੋਹਣਾ ਸਜਾ ਰੱਖਿਆ ਨਿਊਜ਼ੀਲੈਂਡ ਦਾ ਸਾਡਾ ਮੋਲ ਰੌਣਕ ਮੇਲਾ ਮੁੱਕ ਗਿਆ ਜ਼ਿੰਦਗੀ ਦੇ ਵਿੱਚੋਂ ਤਾਂ ਕਰਕੇ ਜਿੰਨੇ ਨਜ਼ਾਰੇ ਲੈ ਹੁੰਦੇ ਭਰਾਵਾ ਲੈ ਲਓ ਜਿਹੜੀ ਜਿੱਥੇ ਤੁਸੀਂ ਬੈਠੇ ਹੋ ਜਿਹੜੀ ਕੰਟਰੀ ਬੈਠੇ ਹੋ ਜਿੰਨੀ ਦੇਰ ਰੋਟੀ ਪਾਣੀ ਲਿਖੀਏ ਖਾਈ ਚੱਲੋ ਜਿਹੜੀ ਜਿੱਥੇ ਵੀ ਕੰਟਰੀ ਦੇ ਆਪਾਂ ਖਾ ਸਕਦੇ ਹਾਂ ਕਿਉਂਕਿ ਦਾਣਾ ਪਾਣੀ ਬੜੀ ਜਲਦੀ ਬੰਦੇ ਦਾ ਮੁੱਕ ਜਾਂਦਾ ਤਾਂ ਕਰਕੇ ਨਜ਼ਾਰੇ ਪੂਰੇ ਲਓ ਜ਼ਿੰਦਗੀ ਪੂਰੀ ਖੁੱਲ੍ਹ ਕੇ ਜੀਓ ਖੁਸ਼ ਰਹੋ ਲੋਕਾਂ ਨੂੰ ਖੁਸ਼ ਰੱਖੋ ਨਾਲੇ ਆਪਦਾ ਆਲਾ ਦੁਆਲਾ ਖੁਸ਼ ਰੱਖੋ ਅਤੇ ਪੋਜ਼ਟਿਵ ਰਹੋ ਤਕੜੇ ਰਹੋ ਸ਼ੋਪਿੰਗਾਂ ਕਰਦੇ ਰਹੋ ਆਹ ਦੇਖੋ ਗੋਰੀਆਂ ਵੀ ਖੜੀਆਂ ਨਜ਼ਾਰੇ ਲੈ ਰਹੀਆਂ ਬੜੀ ਵਧੀਆ ਰੌਣਕ ਹੈ ਅਤੇ ਆਹ ਜੀ ਹੈਲਸਟੇਨ ਦਾ ਸਟੋਰ ਹੈ ਅਤੇ ਇੱਥੇ ਮਿਲਦਾ ਸਮਾਨ ਦਾ ਬੇਸਿਕਲੀ ਗੱਲ ਹੈ ਮੁੰਡਿਆਂ ਦਾ ਸਟੋਰੀ ਹੈ ਅਤੇ ਬੜਾ ਵਧੀਆ ਸਮਾਨ ਲੱਗਿਆ ਇੱਥੇ ਅੱਜ ਅਤੇ ਮੁੰਡਿਆਂ ਦਾ ਸਮਾਨ ਇਕੱਲਾ ਇਕੱਲੇ ਮੈਂ ਦਾ ਸਮਾਨ ਇੱਥੇ ਮਿਲਦਾ ਅਤੇ ਪੈਂਟਾਂ ਸ਼ਰਟਾਂ ਟੀ ਸ਼ਰਟਾਂ ਪਜਾਮੇ ਮੁੰਡਿਆਂ ਦੇ ਅਤੇ ਬੜਾ ਸਸਤਾ ਸਮਾਨ ਲੱਗਿਆ ਦੇਖੋ 99 ਦੇ ਲੱਗੇ ਦਾਦਾ ਦੋ ਦੀ ਵਾਲੀ ਟੀ ਸ਼ਰਟ ਬੜੇ ਸੋਹਣੇ ਮਿਲਦੇ ਇੱਥੇ ਨਾ ਫਰੈਸ਼ ਟਾਈਮ ਦੇ ਵਿੱਚ ਬੜਾ ਫੇਮਸ ਹੈ ਮੈਂ ਇਸਦੇ ਲਈ ਅਤੇ ਕੈਪਸ ਹੋ ਗਏ ਬੰਦਿਆਂ ਦੀਆਂ ਅਤੇ ਟਾਈਆਂ ਵੀ ਮਿਲਦੀਆਂ ਸਾਰਾ ਤਰ੍ਹਾਂ ਸਮਾਨ ਇੱਥੇ ਮਿਲਦਾ ਬੇਸਿਕ ਨਾ ਮੁੰਡਿਆਂ ਦਾ ਜਿਹੜੇ ਆਪਾਂ ਪਾਉਂਦੇ ਹਾਂ 20 ਅਤੇ ਪੂਰੇ ਪਾਉਣ ਜਿਹੜੇ ਪਾਉਂਦੇ ਹਾਂ ਉਹ ਵੀ ਮਿਲਦੇ ਇੱਥੇ ਖਰਚੇ ਖਰਚੇ ਪਾਉਂਦਾ ਮਿਲਦਾ ਅਤੇ ਆ ਮੈਂ ਸ਼ੋਰਟਸ ਜੇ ਲਏ ਹਲਕੇ ਜੇ ਜ਼ਿਆਦਾ ਐਕਸਪੈਂਸਿਵ ਨਹੀਂ ਹੈ ਕਿਉਂਕਿ ਇੱਥੇ ਸੇਲ ਸੇਲ ਚੱਲ ਰਹੀ ਹੈ ਲੰਚ ਟਾਈਮ 'ਤੇ ਅੱਜ ਅਤੇ ਇਹਦੇ ਕੋਲ ਨਾਲ ਮੇਰੇ ਕੋਲ ਸ਼ਰਟ ਹੈਗੀ ਆ ਤਾਂ ਕਰਕੇ ਮੈਂ ਵੇਲੇ ਸ਼ੋਰਟਸ ਲੈ ਲਏ ਤਾਂ ਜੋ ਪਾਏ ਹੋਏ ਵਧੀਆ ਲੱਗਣ ਮੇਰੇ ਸ਼ੂਜ਼ ਦੇ ਨਾਲ ਸਮਰ ਆ ਰਿਹਾ ਫਾਲ ਟੈਵਲ ਲਾਊਂ ਆ ਜੀ ਇੱਕ ਬੈਗ ਹੋਰ ਹੋ ਗਿਆ ਨਾਲ ਚੱਲਦੇ ਚੱਲਦੇ ਥੈਂਕ ਯੂ ਹੈਲਸ ਟਾਈਮ ਸਹੀ ਲਾ ਰੱਖਿਆ ਇਹਨਾਂ ਨੇ ਬੜਾ ਸਮਾਨ ਸਸਤਾ ਲਾ ਰੱਖਿਆ ਬੜਾ ਵਧੀਆ ਅੱਜ ਬਲੈਕ ਫਰਾਈਡੇ ਕਰਕੇ ਆ ਜੀ ਮੈਂ ਫੁੱਟ ਲੋਕਰ 'ਤੇ ਆ ਗਿਆ ਅਤੇ ਫੁੱਟ ਲੋਕਰ 'ਤੇ ਸ਼ੂਜ਼ ਚੈੱਕ ਕਰ ਰਿਹਾ ਸਾਈਜ਼ ਨਹੀਂ ਮਿਲਦਾ ਜਿਹੜਾ ਮੈਨੂੰ ਚਾਹੀਦਾ ਅਤੇ ਸੇਲ ਚੱਲਦੀ ਬੜੀ ਵਧੀਆ ਯਾਰ ਅੱਜ ਨਹੀਂ ਨਹੀਂ ਯਾਰ ਅੱਜ ਨਹੀਂ ਜੁੱਤੇ ਮਿਲ ਰਹੇ ਚਲੋ ਕੋਈ ਨਾ ਦੂਜੇ ਵਾਰ ਟਰਾਈ ਕਰਦੇ ਨਵੇਂ ਸਟੋਰ 'ਤੇ ਇੱਦਾਂ ਹੀ ਚੱਲਦਾ ਅਤੇ ਮੈਂ ਜਿਹੜੇ 3-4 ਜਿਹੜੇ ਸਟੋਰ ਜਿਹੜੇ ਟਰਾਈ ਕਰ ਲਏ ਸ਼ੂਜ਼ ਦੇ ਲਈ ਫੁੱਟ ਲੋਕਰ ਵੀ ਟਰਾਈ ਕਰ ਲਿਆ ਐਪਲੇਟਿਵਸ ਵੀ ਟਰਾਈ ਕਰ ਲਿਆ ਹਾਈਪੀ ਵੀ ਟਰਾਈ ਕਰ ਲਿਆ ਬਟ ਹਾਂ ਮੈਨੂੰ ਜਿਹੜੇ ਤੁਹਾਨੂੰ ਦੱਸਿਆ ਜਿੱਦਾਂ ਪਹਿਲਾਂ ਕਿ ਇਹ ਹਾਈਪੀ ਆਈ ਥਿੰਕ ਪਲੇਟੀਪਸ 'ਤੇ ਵਧੀਆ ਲੱਗਣੀ ਸ਼ੂਜ਼ ਨਾ ਪਲੇਟੀਪਸ ਤੋਂ ਸੋ ਆਲ ਗੋ ਦੇਅਰ ਐਂਡ ਆਲ ਬਾਏ ਦਾ ਸ਼ੂਜ਼ ਹੁੰਦੇ ਆ ਇਹ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਫੁੱਟ ਲੋਕਰ ਜਾ ਆਏ ਆ ਸ਼ੂਜ਼ ਜਿਹੜੇ ਨਹੀਂ ਮਿਲੇ ਅਤੇ ਹੁਣ ਮੈਂ ਨੀਚੇ ਵਾਲੇ ਫੋਰ 'ਤੇ ਜਾ ਰਿਹਾ ਥੱਲੇ ਗੈਸਟ ਹਾਊਸ ਸਕੈਚਰ ਦਾ ਉੱਥੇ ਮੈਂ ਟਰਾਈ ਕਰਦਾ ਕੀ ਮਿਲਦਾ ਕੀ ਨਹੀਂ ਮਿਲਦਾ ਕੁੜੀਆਂ ਦੇ ਸਮਾਨ 'ਤੇ ਜਿਹੜੀ ਜ਼ਿਆਦਾ ਜਿਹੜੀ ਲੱਗੀ ਹੋਈ ਹੈ ਸੇਲ 40% 50% ਆ ਦੇਖੋ ਬਲੈਕ ਫਰਾਈਡੇ ਹੋਈ ਪਈ ਹਰ ਪਾਸੇ ਸਟੋਰ ਵਾਈਡ ਓਪਨ 20% ਔਫ ਔਰ ਸਪੈਂਡ ਓਵਰ $200 ਸੇ 20% ਔਫ ਸਟਰਾਈਸ ਸਕੈਚਰਸ ਮੇ ਵੀ ਇੱਥੇ ਸ਼ੂਜ਼ ਮੈਨੂੰ ਜਿਹੜੇ ਮਿਲ ਜਾਣ ਔਰ ਬਲੈਕ ਕਲਰ ਦੇ ਸਟੋਰ 'ਚ ਐਂਟਰ ਹੋਇਆ ਨਾ ਮੈਂ ਨਾ ਜਿਹੜੀ ਪਹਿਲੀ ਨਜ਼ਰ ਜਿਹੜੇ ਜੁੱਤੇ ਜਿਹੜੇ ਪਸੰਦ ਆ ਗਏ ਉਹ ਕੋਲ ਅਤੇ ਆਹ ਸ਼ੂਜ਼ ਆ ਤੁਹਾਨੂੰ ਦਿਖਾਉਣਾ ਆਹ ਦੇਖੋ ਆਹ ਜਿਹੜੇ ਸ਼ੂਜ਼ ਮੈਂ ਲੈ ਰਿਹਾ ਬਲੈਕ ਕਲਰ ਦੇ ਸਕੈਚਰ ਦੇ ਆ ਵਧੀਆ ਬ੍ਰਾਂਡ ਹੈ ਅਤੇ ਨਾਲੇ ਬਜਟ ਦੇ ਵਿੱਚ ਵੀ ਹੈ ਇਹਦਾ ਪ੍ਰਾਈਸ ਸਿਰਫ ਹੈਗਾ $120 ਅਤੇ ਮੈਂ ਇਹ ਉਤਾਰ ਕੇ ਮੈਂ ਆਹ ਜਿਹੜੇ ਮੈਂ ਪਾ ਕੇ ਵੇਖਣ ਲੱਗਿਆ ਸ਼ੂਜ਼ ਕਿਉਂਕਿ $120 ਅਤੇ ਕੰਫਰਟੇਬਲ ਵੀ ਹੈ ਵੋਕਿੰਗ 'ਚ ਰਨਿੰਗ ਦੇ ਵਿੱਚ ਵੀ ਅਤੇ ਜਿਮ ਜੁੰਮ 'ਚ ਯੂਜ਼ ਹੋ ਜਾ ਕਰਨਗੇ ਕਈ ਵਾਰ ਨਾ ਇਹ ਜੁੱਤੇ ਸਾਰੇ ਪਾਸੇ ਕੰਮ ਆ ਜਾ ਕਰਨਗੇ ਤਾਂ ਮੈਂ ਜਿਹੜੇ ਪਾ ਕੇ ਵੇਖ ਰਿਹਾ ਕਈ ਵੋਕਰ ਵੇਖਦੇ ਇਹਨੂੰ ਪਾ ਕੇ ਨਾ ਦੇਖ ਲਈਏ ਭਰਾਵਾ ਧਿਆਨ ਨਾਲ ਕਿ ਉਖੜੇ ਉਖੜੇ ਹੁੰਦੇ ਆ ਬਾਕੀ ਇਹਦੀ ਵਾਰੰਟੀ ਵਰੰਟੀ ਮੈਂ ਸਭ ਨਾਲ ਹੋਏਗੀ ਇੱਕ ਅੱਧੇ ਸਾਲ ਦੀ ਐਲਗੋ ਐਂਡ ਡਬਲ ਚੈੱਕ ਵੀ ਤੁਸੀਂ ਸਹੀ ਜਿਹਾ
ਜਦੋਂ ਵਾਕ ਕੀਤੀ ਨਾ ਥੋੜ੍ਹੇ ਨਾ ਉਹ ਡਿਫਰੈਂਟ ਜਿਹਾ ਲੱਗ ਰਿਹਾ ਨਾ ਜੋ ਮੈਂ ਵਾਕ ਕਰ ਰਿਹਾ ਅਤੇ ਮੈਂ ਫਿਰ ਉਹਨੂੰ ਪੁੱਛਿਆ ਮੈਂ ਵਾਕਿੰਗ ਲਈ ਲੈਣੇ ਮਤਲਬ ਕਿ ਵੀ ਮੈਂ 8-7 ਘੰਟੇ ਖੜ੍ਹੇ ਹੋਣੇ ਕੰਮ 'ਤੇ ਅਤੇ ਮੈਂ ਉਹਨੇ ਇਹਦੇ ਸ਼ੂਜ਼ ਬੜੇ ਰਿਕਮੈਂਡ ਕੀਤੇ ਕਹਿੰਦਾ ਯੂ ਕੈਨ ਜਸਟ ਟ੍ਰਾਈ ਦਿਸ ਵਨ ਐਂਡ ਜਸਟ ਵਾਕ ਵਿਦ ਦੀਸ ਸ਼ੂਜ਼ ਐਂਡ ਲੈਟਸ ਸੀ ਹਾਊ ਡਜ਼ ਇਟ ਫੀਲ ਲਾਈਕ ਕਿਉਂਕਿ ਨਾ ਬੰਦੇ ਜਿਹੜੇ 8-10 ਘੰਟੇ ਖੜ੍ਹੇ ਹੋਣੇ ਨਾ ਯਾਰ ਉਹਦੇ ਤਾਂ ਵਧੀਆ ਸ਼ੂਜ਼ ਦੇ ਰਹੇ ਲਾਈਟ ਵੇਟ ਦੇ ਅਤੇ ਮੈਨੂੰ ਫਿਰ ਆਹੀ ਸ਼ੂਜ਼ ਪਸੰਦ ਆਏ ਆ ਫਾਈਨਲੀ ਨਾ ਇਹ ਜਿਹੜੇ ਸ਼ੂਜ਼ ਲੈਣ ਲੱਗਿਆ ਨੀਅਰਲੀ 120 ਦੇ ਆ ਸਟੋਰ ਆ ਸਕੈਚਰ ਦਾ ਇਹ ਵਾਲਾ ਬੜੇ ਸੋਹਣੇ ਸ਼ੂਜ਼ ਇੱਥੇ ਮਿਲਦੇ ਆ ਅੱਡ ਸੇਲ ਲੱਗੀ ਹੋਈ ਸੀ ਤਾਂ ਕਰਕੇ ਮੈਂ ਵਾਕਿੰਗ ਵੱਖਰੇ ਵੱਖਰੇ ਟ੍ਰੇਨ ਡਿਫਰੈਂਟ ਡਿਫਰੈਂਟ ਹਰ ਤਰ੍ਹਾਂ ਦੇ HDTV ਲੱਗਿਆ ਸਾਹਮਣੇ ਮੈਂ ਜਿਹੜਾ ਸ਼ਾਮ ਨੂੰ ਆਇਆ ਸੀ ਕਰਦੇ ਕਰਦੇ ਟਾਈਮ ਲੰਘ ਗਿਆ ਤਿੰਨ ਸਾਢੇ ਤਿੰਨ ਘੰਟੇ ਹੋ ਗਏ ਜੀ ਬਟ ਇਹ ਹੈ ਕਿ ਚਲੋ ਫਾਈਨਲੀ ਜਿਹੜੀ ਚੀਜ਼ ਮਿਲ ਜਾਵੇ ਤਾਂ ਕੋਈ ਚੱਕਰ ਨਹੀਂ ਚੀਜ਼ ਮਿਲਣੀ ਜ਼ਰੂਰੀ ਹੈ ਅਤੇ ਬੰਦਾ ਵਿਚਾਰਾ ਜਿਹੜਾ ਇਕੱਲਾ ਕੰਮ ਕਰ ਰਿਹਾ ਦੁਕਾਨ ਦੇ ਵਿੱਚ ਅਤੇ ਬੜੀ ਪੇਸ਼ੈਂਸ ਸੀ ਬੰਦੇ ਵਿੱਚ ਯਾਰ ਕਿਉਂਕਿ ਨਾ ਅੱਜ ਚੱਕਰ ਕਿ ਨਹੀਂ ਲੈਣਾ ਸਟਾਫਿੰਗ ਇਸ਼ੂ ਬੜਾ ਹੈ ਨਾ ਲੋਕ ਜਿਹੜੇ ਟਾਈਮ 'ਤੇ ਨਾ ਕੰਮ 'ਤੇ ਆਉਂਦੇ ਨਹੀਂ ਸਟਾਫ ਦਾ ਇਸ਼ੂ ਹੋ ਜਾਂਦਾ ਅਤੇ ਤਾਂ ਕਰਕੇ ਉਹਨੂੰ ਵਿਚਾਰਾ ਨੂੰ ਇਕੱਲੇ ਨੂੰ ਕੰਮ ਕਰਨਾ ਪੈ ਰਿਹਾ ਸੀ ਅਤੇ ਉਹ ਅੱਜ ਲੋਕ ਬੈਸਟ ਕਰ ਰਹੇ ਸੀ ਆਪਦਾ ਯਾਰ ਇਹੀ ਹੋ ਸਕਦਾ ਵੀ ਬੰਦਾ ਜਿਹੜਾ ਇਕੱਲਾ ਦਾ ਬੈਸਟ ਹੀ ਕਰ ਸਕਦਾ ਜਿੰਨਾ ਕਰ ਸਕਦਾ ਕੰਮ ਨਹੀਂ ਕਰ ਸਕਦਾ ਅਤੇ ਕਈਆਂ ਦੇ ਉੱਪਰ ਸਾਈਜ਼ ਦੇ ਉੱਪਰ ਉਹ ਹੈਣੀ ਸਾਈਜ਼ ਹੈਣੀ ਹੈ ਸੇਮ ਸਾਈਜ਼ ਦੇ ਸ਼ੂਜ਼ ਅਤੇ ਨਾਲ ਉਹ ਦੱਸ ਰਿਹਾ ਸਾਰੇ ਕਸਟਮਰ ਨੂੰ ਕਿ ਵੇਟ ਜਸਟ ਫੋਰ ਅ ਮੋਮੈਂਟ ਆਈ ਜਸਟ ਗ੍ਰੈਬ ਅ ਨਿਊ ਵਨ ਅਤੇ ਕਈ ਵਾਰ ਪ੍ਰਾਈਜ਼ਿੰਗ ਟੈਗਸ ਜਿਹੜੇ ਸੇਮ ਨਹੀਂ ਮੈਚ ਹੋ ਰਹੇ ਸੀ ਤਾਂ ਕਰਕੇ ਅਤੇ ਪਰ ਉਹਨੇ ਆਪਦਾ ਜਿਹੜਾ ਬੈਸਟ ਕੀਤਾ ਅਤੇ ਮੈਨੂੰ ਐਟ ਦਰ ਫਾਈਨਲ ਜਿਹੜੇ ਮੈਨੂੰ ਉਹਨੇ ਸ਼ੂਜ਼ ਜਿਹੜੇ ਦਿਖਾਤੇ ਦੇਤੇ ਲਾਈਨ ਵੀ ਵੱਡੀ ਸੀ ਇਕੱਲਾ ਬੰਦਾ ਕੰਮ ਕਰ ਰਿਹਾ ਸੀ ਆਈ ਸਲਿਊਟ ਦਿਸ ਟਾਈਮ ਤੱਕ ਉਹ ਪੀਪਲ ਯੂ ਨੋ ਮੈਂ ਲਾਸਟ ਟਾਈਮ ਕੰਪਲੇਂਟ ਦਿੱਤਾ ਮੈਂ ਕਿਹਾ ਯੂ ਜਸ ਪ੍ਰੋਬਲੀ ਨੀਡ ਅ ਪੇ ਰਾਈਜ਼ ਬ੍ਰੋ ਕਹਿੰਦਾ ਹਾਂ ਡੈਫੀਨੇਟਲੀ ਇੱਦਾਂ ਦੀਆਂ ਗੱਲਾਂ ਤੁਸੀਂ ਦੱਸ ਦਿਓ ਲੋਕਾਂ ਨੂੰ ਲੋਕ ਜਿਹੜੇ ਬੜੇ ਮੋਟੀਵੇਟ ਹੁੰਦੇ ਆ ਜੇ ਆਪਾਂ ਕੰਮ ਨੂੰ ਐਪਰੀਸ਼ੀਏਟ ਕਰਦੇ ਹਾਂ ਅਤੇ ਹੋਪ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਣੀ ਹੈ ਅਤੇ ਆਪਾਂ ਮਿਲਦੇ ਹਾਂ ਜੀ ਕੁਝ ਹੋਰ ਜ਼ਿੰਦਗੀ ਦੇ ਨਵੇਂ ਪਲਾਂ ਦੇ ਨਾਲ ਫੋਰ ਦ ਟਾਈਮ ਬੀਇੰਗ ਗਾਇਜ਼ ਟੇਕ ਕੇਅਰ ਹੈਵ ਅ ਗੁੱਡ ਵਨ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ